ਮੇਰਾ ਨਾਮ ਕਾਮਰੇਡ ਬਲਵਿੰਦਰ ਸਿੰਘ ਆ, ਸੀ ਪੀ ਆਈ ਦੀ ਸਟੇਟ ਕਮੇਟੀ ਦਾ ਮੈਂ ਮੈਂਬਰ ਹਾਂ। ਅੱਜ ਜਿਹੜਾ ਇੱਥੇ ਅਸੀਂ ਕਾਰਪੋਰੇਸ਼ਨ ਦੇ ਦਫ਼ਤਰ ਗਾੜੀ ਧਰਨਾ ਦੇ ਮੁਜ਼ਾਹਰਾ ਕਰ ਰਹੇ ਹਾਂ, ਇਹ ਜਵਾਲਾ ਸਟੇਟ ਉੱਥੇ ਇੱਕ ਕਲੋਨੀ ਆ, ਉੱਥੇ ਕਾਰਪੋਰੇਸ਼ਨ ਦੇ ਕੁਝ ਉੱਚ ਅਧਿਕਾਰੀ ਅਤੇ ਜਿਹੜਾ ਇੱਕ ਦੀਪਕ ਭੰਡਾਰੀ ਪ੍ਰੈਸ ਰਿਪੋਰਟਰ ਆ ਜੀ, ਉਹਦੇ ਧੱਕੇਸ਼ਾਹੀ ਦੇ ਵਿਰੁੱਧ ਜੀ ਇਹ ਮਤਲਬ ਅਸੀਂ ਕਰ ਰਹੇ ਹਾਂ। ਉੱਥੇ ਜਿਹੜਾ ਉਹ ਕਲੋਨੀ ਦਾ ਮਾਲਕ ਸੀਗਾ, ਉਹਨੇ ਗ੍ਰੀਨ ਬੈਲਟ ਬਕਾਇਦਾ ਮਾਲਕਾਂ ਨੂੰ ਛੱਡੀ ਸੀ, ਜਿਨ੍ਹਾਂ ਨੇ ਖਰੀਦੇ ਸੀ ਪਲਾਟ, ਉਸ ਗ੍ਰੀਨ ਬੈਲਟ ਨੂੰ ਜਦੋਂ ਕਿ ਅਜੇ ਸਾਰੇ ਪ੍ਰਦੂਸ਼ਣ ਵਾਲੇ ਅਤੇ ਦੂਸਰੇ ਜਿੰਨੇ ਵੀ ਲੋਕ ਆ ਇਹ ਚਾਹੁੰਦੇ ਆ ਵੀ ਹਰਿਆਲੀ ਹੋਣੀ ਚਾਹੀਦੀ ਆ, ਇੱਥੋਂ ਦੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਅਤੇ ਦੀਪਕ ਭੰਡਾਰੀ ਨੇ ਅਤੇ ਪੁਲਿਸ ਦੇ 50 ਮੁਲਾਜ਼ਮ ਸ਼ੁੱਕਰਵਾਰ ਸਵੇਰੇ ਤੜਕੇ 5 ਵਜੇ ਉੱਠ ਕੇ ਲੋਕਾਂ ਨੂੰ ਅਤੇ ਉਹ ਜਿਹੜੀ ਗ੍ਰੀਨ ਬੈਲਟ ਸੀ ਸਾਰੀ ਤਹਿਸ਼ ਨਹਿਸ਼ ਕਰ ਦਿੱਤੀ ਆ। ਜਦੋਂ ਕਿ ਇਹਦਾ ਮੁਕੱਦਮਾ ਹਾਈਕੋਰਟ 'ਚ ਵੀ ਚੱਲ ਰਿਹਾ, ਪਿਛਲੇ ਮਹੀਨੇ ਦੀ 29 ਤਰੀਕ ਪਈ ਸੀ ਜਿੱਥੇ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਗਏ ਸੀਗੇ, ਹਾਜ਼ਰੀ ਲਵਾਈ ਸੀ, ਹੁਣ 29 ਜਨਵਰੀ ਨੂੰ ਫਿਰ ਅਗਲੀ ਤਰੀਕ ਆ, ਪਰ ਇਹਨਾਂ ਨੇ ਹਾਈਕੋਰਟ ਦੇ ਕੇਸ ਚੱਲਣ ਦੀ ਵੀ ਕੋਈ ਪਰਵਾਹ ਨਹੀਂ ਕੀਤੀ, ਇਹਨਾਂ ਨੇ ਉਸ ਕਲੋਨੀ ਨੂੰ ਤਹਿਸ਼ ਨਹਿਸ਼ ਕਰ ਦਿੱਤਾ। ਸਾਡੀ ਅੱਜ ਪੁਰਜ਼ੋਰੇ ਮੰਗ ਆ ਕਿ ਜਿਹੜੀ ਦੀਪਕ ਭੰਡਾਰੀ ਨੇ ਗਲਤ ਅਕਰੋਚਮੈਂਟ ਕੀਤੀ ਆ ਉਹ ਅਕਰੋਚਮੈਂਟ ਹਟਾਈ ਜਾਵੇ, ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਦੀਪਕ ਭੰਡਾਰੀ ਕੋਲੋਂ ਵਸੂਲਿਆ ਜਾਵੇ, ਅਤੇ ਕਾਰਪੋਰੇਸ਼ਨ ਇਸ ਧੱਕੇਸ਼ਾਹੀ ਦੇ ਵਿਰੁੱਧ ਸਾਰੀ ਵਿਸ਼ਾਲ ਇਨਕੁਆਇਰੀ ਕਰਕੇ ਅਤੇ ਦੀਪਕ ਭੰਡਾਰੀ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਇਹ ਪਹਿਲਾਂ ਵੀ ਕੋਈ ਦੀਪਕ ਭੰਡਾਰੀ ਦਾ ਕੇਸ ਚੱਲ ਰਿਹਾ ਸਰ? ਦੀਪਕ ਭੰਡਾਰੀ ਬਲੈਕਮੇਲ ਕਰਦਾ, ਇੱਕ ਅਖਬਾਰ ਦਾ ਪੱਤਰਕਾਰ ਆ, ਇਹ ਬਲੈਕਮੇਲ ਕਰਦਾ, ਲੋਕਾਂ ਕੋਲੋਂ ਪੈਸੇ ਇਕੱਠੇ ਕਰਦਾ। ਪਹਿਲਾਂ ਵੀ ਇਹਦੀਆਂ ਬਹੁਤ ਸ਼ਿਕਾਇਤਾਂ ਆਈਆਂ ਪਰ ਲਿਖਤੀ ਸਾਡੇ ਕੋਲ ਕੋਈ ਨਹੀਂ, ਪਰ ਕਿਉਂਕਿ ਇਹ ਕਾਰਪੋਰੇਸ਼ਨ ਮੁਲਾਜ਼ਮਾਂ ਦੇ ਕੁਝ ਭੇਦ ਜਿਹੜੇ ਉਹ ਜਾਣਦਾ ਸੀਗਾ, ਇਸ ਕਰਕੇ ਉਹਨਾਂ ਨੂੰ ਇੰਨੇ ਮਤਲਬ ਰਗੜਾ ਕੇ ਉਹਨਾਂ ਨੂੰ ਗਲਤ ਸੂਚਨਾ ਦੇ ਕੇ ਇਹ ਜਿਹੜੀ ਆ ਸਾਰੀ ਮਤਲਬ ਵੀ ਗ੍ਰੀਨ ਬੈਲਟ ਸੀ ਉਹ ਸਾਰੀ ਤਹਿਸ ਨਹਿਸ ਕੀਤੀ ਆ। ਇਹਦੇ ਤੋਂ ਪਹਿਲਾਂ ਅਸੀਂ 7ਵੇਂ ਮਹੀਨੇ 'ਚ ਵੀ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਸੀ ਕਿ ਇਹ ਭੰਡਾਰੀ ਜਿਹੜਾ ਗਲਤ ਕਰ ਰਿਹਾ, ਪਰ ਅਜੇ ਤੱਕ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਅਤੇ ਆਮ ਲੋਕਾਂ ਦੇ ਕਲੋਨੀ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕਰਤੀ ਆ। ਅਸੀਂ ਫਿਰ ਮੰਗ ਕਰਦੇ ਹਾਂ ਵੀ ਇਹ ਸਾਰੀ ਭੰਡਾਰੀ ਦੀ ਕਾਰਵਾਈ ਆ, ਇਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਹੋਰ ਕੋਈ ਜਨਤਾ ਜਾਂ ਜਿੰਨੇ ਵੀ ਲੋਕ ਆ ਉਹਨਾਂ ਨੇ ਕੋਈ ਹਾਈਕੋਰਟ ਜਾਂ ਸੁਪਰੀਮ ਕੋਰਟ 'ਚ ਕੋਈ ਇਹਦੇ ਕੇਸ ਵੀ ਕੀਤਾ ਹੈ? ਇਹਨਾਂ ਨੇ ਉਹ ਜਿਹੜੇ ਲੋਕ ਆ ਉੱਥੋਂ ਦੇ ਜਵਾਲਾ ਸਟੇਟ ਵਾਲੇ, ਇਹਨਾਂ ਨੇ ਹਾਈਕੋਰਟ 'ਚ ਕੇਸ ਕੀਤਾ ਜਿਹਦੀ ਪਿਛਲੀ ਤਰੀਕ 29 ਪਈ ਸੀਗੀ ਜੀ, ਹੁਣ 29 ਜਨਵਰੀ ਨੂੰ ਤਰੀਕ ਆ, ਇਹ ਕਾਰਪੋਰੇਸ਼ਨ ਵਾਲਿਆਂ ਨੇ ਉੱਥੇ ਹਾਜ਼ਰੀ ਲਵਾਈ ਆ ਜੀ, ਇਹ ਅਦਾਲਤ ਦੇ ਫੈਸਲੇ ਨੂੰ ਉਡੀਕੇ ਤੋਂ ਬਗੈਰ ਹੀ ਇਹ ਸਾਰੀ ਕਾਰਵਾਈ ਇਹਨਾਂ ਨੇ ਨਜਾਇਜ਼ ਜਿਹੜੀ ਆ ਕਰ ਦਿੱਤੀ ਆ। ਇਹ ਪੁਲਿਸ ਪ੍ਰਸ਼ਾਸਨ ਦਾ ਵਿੱਚ ਕੀ ਜੋਗ ਆ? ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਜੋਰ ਆ, ਜਦੋਂ ਅਸੀਂ ਇੱਥੇ ਆਏ ਸਾਂ ਇੱਥੇ ਘਰਾਓ ਕੀਤਾ ਦਫ਼ਤਰ ਦਾ, ਉਸ ਵੇਲੇ ਵੀ ਪੁਲਿਸ ਮੁਲਾਜ਼ਮ ਆਣ ਕੇ ਦਿਲਬਾਗ ਸਿੰਘ SHO ਜਿਹੜਾ ਉਹ ਮਤਲਬ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ, ਪਰ ਸਾਡੇ ਵਰਕਰ CPI ਦੇ ਅਤੇ ਜਵਾਲਾ ਸਟੇਟ ਦੇ ਲੋਕ ਆ ਜਿਹੜੇ ਉਹਨਾਂ ਨੇ ਉਹਦੀ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ, ਅਤੇ ਸਾਡਾ ਧਰਨਾ ਜਿਹੜਾ ਵਾ ਉਹ ਲਗਾਤਾਰ ਕਾਮਯਾਬ ਆ, ਉਹ ਚੱਲੂਗਾ। ਫਿਰ ਅਗਲੀ ਕਾਰਵਾਈ ਸਲਾਹ ਕਰਕੇ ਮੀਟਿੰਗ ਕਰਕੇ ਫਿਰ ਦੱਸਾਂਗੇ ਵੀ ਅਗਲੀ ਕਾਰਵਾਈ ਕੀ ਕਰਨੀ ਆ। ਤੁਹਾਡੀ ਮੰਗ ਕੀ ਜੇ? ਸਾਡੀ ਮੰਗ ਇਹ ਆ ਵੀ ਦੀਪਕ ਭੰਡਾਰੀ ਦੀ ਜਿਹੜੀ ਅਕਰੋਚਮੈਂਟ ਆ ਉਹ ਹਟਾਈ ਜਾਵੇ, ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਮਾਣਯੋਗ ਹਾਈਕੋਰਟ ਦਾ ਫੈਸਲਾ ਹੋਊਗਾ ਉਹਨੂੰ ਸਾਰੇ ਮੰਨਣ।